ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦਾ ਤੁਸੀਂ ਸਾਰਿਆਂ ਨੇ ਬਹੁਤ ਘੈਂਟ ਹੋਵੋਗੇ ਅਤੇ ਅੱਜ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਥੈਂਕ ਯੂ ਜਿਨ੍ਹਾਂ ਨੇ ਟੀਜ਼ਰ ਨੂੰ ਇੰਨੇ ਪਿਆਰੇ ਪਿਆਰੇ ਕਮੈਂਟ ਦਿੱਤੇ। ਗਾਣਾ 10 ਤਰੀਕ ਨੂੰ ਆ ਜਾਣਾ ਵਾ, ਥੋੜ੍ਹਾ ਜਿਹਾ ਲੇਟ ਹੋ ਗਿਆ, ਉਹਦੀ ਵਜ੍ਹਾ ਜਿਹੜੀ ਆਪਾਂ 4-5 ਦਿਨਾਂ ਤੱਕ ਸ਼ੇਅਰ ਕਰ ਦੇਣੀ ਆ। ਮਹੀਨੇ ਜੋ ਵੀ ਅਪਡੇਟ ਦੇਣੀਆਂ ਵਾ, ਬਹੁਤ ਖੁਸ਼ੀ ਹੋਊਗੀ ਤੁਹਾਨੂੰ ਸਭ ਕੁਛ ਜਾਣ ਕੇ। ਅਤੇ ਬਾਕੀ ਉਮੀਦ ਕਰਦਾ ਤੁਹਾਡੀ ਲਾਈਫ ਵੀ ਬਹੁਤ ਵਧੀਆ ਚੱਲਦੀ ਹੋਊਗੀ, ਜੇ ਨਹੀਂ ਵਧੀਆ ਚੱਲਦੀ ਤਾਂ ਵਲੋਗ ਵੇਖੋ, ਇੰਜੋਏ ਕਰੋਗੇ, ਬਹੁਤ ਵਧੀਆ। ਮਿਲਦੇ ਆ ਜੀ ਅਗਲੇ ਵਲੋਗ 'ਚ। ਇਹ ਹੈ ਖੁਸ਼ੀ ਦਾ ਪਿਟਾਰਾ, ਜਦੋਂ ਇਹ ਖੁਸ਼ੀ ਦਾ ਪਿਟਾਰਾ ਖੁੱਲਦਾ, ਕਿਆ ਬਾਤ ਹੈ। ਸਭ ਤੋਂ ਵਧੀਆ ਚੀਜ਼ ਮਿੱਠੀਆਂ ਸੀਰਨੀਆਂ, ਸ਼ੱਕਰਪਾਰੇ ਅਤੇ ਨਾਲ ਮੱਠੀ। ਹੁਣ ਇਹ ਉੱਧਰ ਲੈ ਕੇ ਚੱਲੀਏ ਕਿਉਂਕਿ ਟਾਈਮ ਹੋ ਗਿਆ ਚਾਹ ਦਾ। ਇੱਕ ਖੁਸ਼ੀ ਦੀ ਪਿਟਾਰੀ 'ਚ ਆਹ ਵੀ ਚੀਜ਼ ਆਉਂਦੀ ਹੈ, ਇਹਨੂੰ ਕਹਿੰਦੇ ਆ ਮੱਠੇ। ਮੱਠੀ ਹੁੰਦੀ, ਮੱਠੀ ਕਿਹੜੀ ਹੁੰਦੀ, ਛੋਟੀ? ਐਤਕੀ ਲਿਆ ਦਿਓ ਕੀ, ਜਦੋਂ ਪਿਛਲੀ ਵਾਰੀ ਕਰਵਾ ਚੌਥ ਨਹੀਂ ਸੀ, ਮੈਨੂੰ ਨਾ ਮਿੱਠੇ ਵਾਲੇ ਮੱਠੇ ਬੜੇ ਪਸੰਦ ਆ, ਜਲਦੀ ਰੂਮ ਦਾ ਵੀ ਟੂਰ ਦਵਾਂਗੇ, ਪ੍ਰੋਪਰ ਟੂਰ। ਕਈ ਚੀਜ਼ਾਂ ਲੱਗਣ ਵਾਲੀਆਂ, ਇੰਟੀਰੀਅਰ ਕਾਫੀ ਸੈੱਟ ਹੋਣ ਵਾਲਾ, ਖਾਲੀ ਆ ਵੀ ਖਾਲੀ। ਉੱਥੇ ਮੰਮਾ ਨੇ ਦੇਖੋ ਕੀ ਰੱਖਤਾ, ਮੈਂ ਕਹਿੰਦੇ ਖਾਲੀ ਆ, ਲੱਗਦੇ ਕਹਿੰਦੇ ਸਲਾਹ ਰੱਖ ਦਿੰਦੇ ਫਿਰ ਆਪਣੀ ਜਗ੍ਹਾ ਤੇ ਪਹੁੰਚ ਜਾਂਦੇ, ਫਿਰ ਉੱਤੇ ਪਹੁੰਚ ਹੀ ਗਿਆ ਹੈ ਡੈਡੀ। ਇੰਟੀਰੀਅਰ ਵਿੱਚ ਇੱਕ ਆਹ ਚੀਜ਼ ਹੈ, ਤੁਹਾਨੂੰ ਥੋੜ੍ਹਾ ਜਿਹਾ ਦਿਖਾਉਂਦੇ ਹਾਂ ਕੀ ਆ। ਇੱਕ ਖੋਲੋ, ਅਸ਼ਾ ਲਾਈਕ ਆਹ ਵਾ, ਅਤੇ ਇੱਕ ਆਹ ਵਾ। ਇਹ ਸਾਰਾ ਸੈੱਟ ਨਾ, ਇਹ ਸਾਰਾ ਸੈੱਟ ਕੋਰਨਰ 'ਚ ਲੱਗਣਾ ਆ। ਇਹਦੇ 'ਚ ਇੱਕ ਡੋਂਗਾ ਜਿਹਾ, ਇਹ ਆਹ ਵਾਲਾ, ਚਲੋ ਆਹ ਵਾਲਾ ਡੋਂਗਾ ਵਾ, ਅਤੇ ਇਹ ਵਾਲੀ ਸਾਡੀ ਪੱਥਰ ਤਾਂ ਨਹੀਂ ਹੈ ਬਟ ਲੁੱਕ ਦਿੰਦਾ ਇੱਦਾਂ ਜਿੱਦਾਂ ਪੱਥਰ ਦੀ ਹੁੰਦੀ ਆ। ਇਹ ਇੱਕ ਇੰਟੀਰੀਅਰ ਵਾਸਤੇ, ਇਹ ਕੋਰਨਰ 'ਚ ਲੱਗੇਗਾ। ਇਹ ਕਿੱਦਾਂ ਦਾ ਵਾ ਚੈੱਕ ਕਰਦੇ ਹਾਂ, ਜੇ ਮੈਂ ਪਾਣੀ ਲੈ ਕੇ ਆਵਾਂ। ਇਹ ਚੀਜ਼ ਆ, ਇਹਦੇ ਵਿੱਚ ਪਾਣੀ ਆ, ਇਹਦੇ 'ਚ ਇੱਕ ਬੋਲ ਲੱਗਦੀ ਆ, ਸੋ ਇਹ ਇੱਦਾਂ ਚੱਲਦਾ ਆ। ਸੋਹਣੀ ਚੀਜ਼ ਆ ਨਾ ਇਹ, ਇਹਦੀ ਫਾਈਨਲ ਲੁੱਕ। ਇਹ ਆਪਾਂ ਲਾਵਾਂਗੇ ਆਪਣੇ ਕੋਰਨਰ ਵਾਲੇ 'ਚ, ਦੂਸਰੇ ਕੋਰਨਰ 'ਚ ਪਲਾਂਟ ਲੱਗਣਾ ਆ, ਉਹ ਵੀ ਇੱਕ ਦੋ ਦਿਨ 'ਚ ਆਪਾਂ ਨੇ ਫਾਈਨਲ ਹੋ ਜਾਣਾ। ਆਪਾਂ ਮੰਮਾ ਪਾਪਾ ਨੂੰ ਦਿਖਾਉਂਦੇ ਕਿਉਂਕਿ ਮੰਮਾ ਪਾਪਾ ਨੇ ਵੀ ਨਹੀਂ ਦੇਖਿਆ, ਅਸੀਂ ਹੁਣ ਹੀ ਓਪਨ ਕੀਤਾ ਆ, ਅਸੀਂ ਕਿਹਾ ਚਲਾ ਕੇ ਦੇ ਲਈਏ, ਕਿਤੇ ਪਿਆ ਖਰਾਬ ਹੀ ਨਾ ਹੋ ਜਾਵੇ। ਆਪਾਂ ਨਾ ਜਦੋਂ ਦਾ ਲੈ ਕੇ ਆਏ ਨਾ ਮੰਮਾ, ਉਹਨਾਂ ਨੇ ਦੇਖਿਆ ਨਹੀਂ ਇਹ ਪੈਕ, ਕਿਉਂਕਿ ਬਾਹਰ ਡਸਟ ਬਹੁਤ ਸੀਗੀ, ਇਸ ਕਰਕੇ ਆਪਾਂ ਕੱਢਿਆ ਨਹੀਂ। ਅੱਜ ਆਪਾਂ ਕੱਢਿਆ ਕਿਉਂਕਿ 3-4 ਦਿਨਾਂ ਤੱਕ ਆਪਾਂ ਇਹਨੂੰ ਲਗਾਉਣਾ ਸੀਗਾ। ਚਲੋ ਚਲਾ ਕੇ ਤਾਂ ਦੇਖਿਆ, ਇਹ ਚੱਲਦਾ ਵੀ ਪਿਆ ਪ੍ਰੋਪਰ ਕਿ ਨਹੀਂ, ਉੱਥੋਂ ਤਾਂ ਚਲਾ ਕੇ ਲਿਆਂਦਾ ਸੀ ਵੈਸੇ। ਹਾਂ, ਕਿੰਨਾ ਪੋਜ਼ਿਟਿਵ ਜੀ ਨਾ ਦੇਖ ਕੇ ਫੀਲ ਹੁੰਦਾ ਇੱਦਾਂ, ਸੋ ਇਹਨੇ ਇੱਦਾਂ ਲੁੱਕ ਦੇਣੀ ਆ। ਵੀ ਸਾਡੇ ਕੋਈ ਚੀਜ਼ ਆਪਾਂ ਇੱਦਾਂ ਦਾ ਲਾਉਂਦੇ ਨਾ, ਜਿੱਦਾਂ ਆਪਾਂ ਪਹਿਲਾਂ ਪਰਦੇ ਲਾਏ, ਉਹ ਸ਼ੀਟ ਲਾਈ, ਹੈ ਨਾ, ਆਪਾਂ ਸਾਰੇ ਇੱਕ ਚੀਜ਼ ਨੂੰ ਨਾ ਇੱਕ ਇੱਕ ਘੰਟਾ ਦਿੱਤਾ, ਇੱਕ ਇੱਕ ਘੰਟਾ ਸਾਰਿਆਂ ਨੇ ਦੇਖਿਆ ਉਹਨੂੰ ਚੰਗਾ ਰੱਖ ਕੇ ਨਾ, ਇੱਦਾਂ ਦੇਖੇ ਨਾ, ਫਿਰ ਦਿਮਾਗ ਵਿੱਚ ਕਈ ਗੱਲਾਂ ਸੋਚਣ ਪਰ ਨਹੀਂ ਸੋਚਦੇ ਕਿ, ਪਰ ਦੇਖਦੇ ਜ਼ਰੂਰ ਰਹਿੰਦੇ ਕਿ ਪਤਾ ਨਹੀਂ ਹੁਣ ਕਿੰਨਾ ਚਿਰ ਹੋ ਗਿਆ ਇਹਨੂੰ ਹੀ ਦੇਖੀ ਜਾਣ। 15 ਮਿੰਟ ਹੋ ਗਏ ਦੇਖਲੇ, ਪੌਣਾ ਘੰਟਾ ਰਹਿੰਦਾ ਹਜੇ ਹੋਰ ਦੇਖਣ ਆਇਆ। ਇਸ ਤੋਂ ਪਹਿਲਾਂ ਮੈਂ ਇਹਨੂੰ ਚੁੱਕ ਦਵਾਂ। ਸੋਹਣੀ ਚੀਜ਼ ਆ, ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਾ, ਬਹੁਤ ਸੋਹਣਾ ਲੱਗੂਗਾ ਜਦੋਂ ਸਾਰਾ ਰੂਮ ਰੈਡੀ ਹੋ ਗਿਆ, ਤੁਹਾਨੂੰ ਸਾਰਿਆਂ ਨੂੰ ਵੀ ਦਿਖਾਵਾਂਗੇ। ਬਸ ਥੋੜ੍ਹੇ ਕੁ ਦਿਨ ਹੋਰ ਹੋਰ ਹੈਗੀਆਂ 5-7 ਚੀਜ਼ਾਂ, ਜਿੱਦਾਂ ਲਾਡੀ ਨੇ ਦੱਸੀਆਂ ਉਹ ਹੋਰ ਵੀ ਬਹੁਤ ਪਿਆਰੀਆਂ ਸਾਰੀਆਂ। ਹਰ ਇੱਕ ਜਿਹੜੀ ਚੀਜ਼ ਨਾ ਆਪਣੀ ਆਪਣੀ ਲੁੱਕ ਦੇ ਰਹੀ ਵੱਖਰੀ। ਸੋ ਵਲੌਗ 'ਚ ਅੱਗੇ ਵਧਣ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਬੜੀ ਖਾਸੀ ਗੱਲ ਸ਼ੇਅਰ ਕਰਨ ਜਾ ਰਹੀ ਹਾਂ। ਸੋ ਮੈਨੂੰ ਪਲੰਬ ਬੋਡੀ ਲਵੀ ਨੇ ਇੱਕ ਬਹੁਤ ਹੀ ਪਿਆਰੀ ਜੀ PR ਕਿੱਟ ਭੇਜੀ ਆ ਰਿਵਿਊ ਕਰਨ ਦੇ ਵਾਸਤੇ। ਸੋ ਭਾਵੇਂ ਇਹ ਪੇਡ ਪ੍ਰਮੋਸ਼ਨ ਹੈਗੀ ਆ, ਪਰ ਉਹਨਾਂ ਨੇ ਮੈਨੂੰ ਇਹ ਗੱਲ ਬੋਲੀ ਸੀਗੀ ਕਿ ਪਹਿਲਾਂ ਤੁਸੀਂ ਪ੍ਰੋਡਕਟ ਨੂੰ ਯੂਜ਼ ਕਰਨਾ ਵਾ, ਉਸ ਤੋਂ ਬਾਅਦ ਤੁਸੀਂ ਆਪਣੇ ਜੈਨੂਅਨ ਰਿਵਿਊ ਜਿਹੜੇ ਹੈਗੇ ਸ਼ੇਅਰ ਕਰਨੇ ਆ। ਸੋ ਮੈਂ ਤੁਹਾਡੇ ਨਾਲ ਉਹੀ ਚੀਜ਼ ਸ਼ੇਅਰ ਕਰਾਂਗੀ ਜੋ ਪਰਸਨਲੀ ਮੈਂ ਫੀਲ ਕੀਤੀ ਹੈ ਕਿੱਟ ਯੂਜ਼ ਕਰਨ ਤੋਂ ਬਾਅਦ। ਸੋ ਚਲੋ ਸ਼ੁਰੂ ਕਰਦੇ ਹਾਂ। ਸੋ ਇਹ ਉਹ ਵਾਲੀ ਕਿੱਟ ਪਲੰਬ ਬੋਡੀ ਲਵਿੰਗ, ਲੈਟਸ ਗੈਟ ਸੈਂਟੀ। ਸੈਂਟੀ ਕਿਉਂ? ਕਿਉਂਕਿ ਇਸ ਕਿੱਟ ਦੇ ਵਿੱਚ ਜਿੰਨੇ ਵੀ ਪ੍ਰੋਡਕਟਸ ਹੈਗੇ ਆ ਉਹਨਾਂ ਦੀ ਸਾਰਿਆਂ ਦੀ ਫ੍ਰੈਗਨੈਂਸ ਬਹੁਤ ਵਧੀਆ ਹੈ। ਸੋ ਇਹਦਾ ਪਹਿਲਾ ਪ੍ਰੋਡਕਟ ਹੈਗਾ ਵਾ ਪਲੰਬ ਬੋਡੀ ਲਵਿੰਗ ਸ਼ਾਵਰ ਜੈਲ ਹਵਾਇਨ ਰੂਮਬਾ। ਇਹ ਮੈਂ ਪਹਿਲਾਂ ਵੀ ਯੂਜ਼ ਕੀਤਾ ਹੋਇਆ ਵਾ। ਸੋ ਇਹਦੀ ਜਿਹੜੀ ਫ੍ਰੈਗਨੈਂਸ ਆ ਬੜੀ ਹੀ ਰਿਫਰੈਸ਼ਿੰਗ ਆ, ਬਹੁਤ ਫਰੈਸ਼ ਫੀਲ ਕਰਵਾਉਂਦੀ ਆ। ਸੋ ਇਹਦੇ ਵਿੱਚ ਕੋਈ ਵੀ ਸਲਫੇਟ ਜਾਂ ਸਿਲੀਕੋਨ ਯੂਜ਼ ਨਹੀਂ ਕੀਤਾ ਗਿਆ। ਇਹਦੇ ਵਿੱਚ ਓਲਿਵ ਓਇਲ ਹੈ ਜੋ ਸਾਡੀ ਸਕਿਨ ਨੂੰ ਬਹੁਤ ਵਧੀਆ ਤਰੀਕੇ ਨਾਲ ਹਾਈਡਰੇਟ ਅਤੇ ਮੋਇਸਚਰਾਈਜ਼ ਕਰਦਾ ਆ। ਸੋ ਇਹਦੇ ਵਿੱਚ ਪੈਸ਼ਨ ਫਰੂਟ ਅਤੇ ਕੋਕੋਨਟ ਹੈ ਜੋ ਸਾਡੀ ਸਕਿਨ ਨੂੰ ਸੂਥਿੰਗ ਕਰਨ ਦੇ ਵਿੱਚ ਹੈਲਪ ਕਰਦਾ ਆ। ਸੋ ਨੈਕਸਟ ਪ੍ਰੋਡਕਟ ਹੈਗਾ ਵਾ ਪਲੰਬ ਬੋਡੀ ਲਵਿੰਗ ਦਾ ਵਨੀਲਾ ਵਾਈਬਸ ਬੋਡੀ ਓਇਲ। ਸੋ ਇਹ ਜਿਹੜਾ ਓਇਲ ਹੈਗਾ ਹੈ ਨੋਰਮਲ ਸਕਿਨ ਤੋਂ ਡਰਾਈ ਸਕਿਨ ਤੱਕ ਕੋਈ ਵੀ ਯੂਜ਼ ਕਰ ਸਕਦਾ ਵਾ। ਇਹਦੇ ਵਿੱਚ 8 ਟਾਈਪ ਦੇ ਨਰਸ਼ਿੰਗ ਓਇਲ ਆ। ਇਹ ਜਿਹੜੀ ਵਨੀਲਾ ਫ੍ਰੈਗਨੈਂਸ ਹੈਗੀ ਆ ਉਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ। ਇਹ ਨੋਨ ਗ੍ਰੀਸੀ ਹੋਣ ਕਰਕੇ ਸਾਡੀ ਸਕਿਨ ਨੂੰ ਬਹੁਤ ਵਧੀਆ ਤਰੀਕੇ ਨਾਲ ਨਰਿਸ਼ ਕਰਦਾ ਵਾ, ਅਤੇ ਜਿਹੜੀ ਸਾਡੀ ਸਕਿਨ 'ਤੇ ਪਿਗਮੈਂਟੇਸ਼ਨ ਹੋਈ ਹੁੰਦੀ ਉਹਨੂੰ ਰਿਡਿਊਸ ਕਰਨ 'ਚ ਵੀ ਹੈਲਪ ਕਰਦਾ ਵਾ। ਇਹਦਾ ਨੈਕਸਟ ਪ੍ਰੋਡਕਟ ਹੈਗਾ ਵਾ ਪਲੰਬ ਬੋਡੀ ਲਵਿੰਗ ਦਾ ਬੋਡੀ ਮਿਸਟ। ਪਹਿਲਾਂ ਵੀ ਮੈਂ ਯੂਜ਼ ਕੀਤਾ ਹੋਇਆ ਪਰ ਕਿਸੇ ਹੋਰ ਫ੍ਰੈਗਨੈਂਸ ਦੇ ਵਿੱਚ ਕੀਤਾ ਵਾ, ਪਰ ਜਿਹੜੀ ਇਹਦੀ ਫ੍ਰੈਗਨੈਂਸ ਹੈਗੀ ਉਹ ਲਾਈਕ ਔਰੇਂਜ ਹੈਗੀ ਆ। ਇਹ ਜਿਹੜਾ ਬੋਡੀ ਮਿਸਟ ਹੈਗਾ ਵਾ ਸਾਨੂੰ 2-3 ਘੰਟਿਆਂ ਤੱਕ ਬੜਾ ਰਿਫਰੈਸ਼ ਫੀਲ ਕਰਵਾਉਂਦਾ ਆ। ਸੋ ਇਸਦੇ ਵਿੱਚ ਵੀ ਕੋਈ ਸਲਫੇਟ ਜਾਂ ਪੈਰਾਬਿਨ ਯੂਜ਼ ਨਹੀਂ ਕੀਤਾ ਗਿਆ, ਕੋਈ ਹਾਰਮਫੁਲ ਕੈਮੀਕਲ ਨਹੀਂ ਯੂਜ਼ ਕੀਤਾ ਗਿਆ। ਤੁਸੀਂ ਬੇਫਿਕਰੇ ਹੋ ਕੇ ਯੂਜ਼ ਕਰ ਸਕਦੇ।
सकते हो। इस रेंज दे विच जिहड़ा नेक्स्ट प्रोडक्ट है वह है प्लम बॉडी लविन ड्राइविंग मी चेरी जैल बॉडी स्क्रब। इसका जिहड़ा जैल टैक्सचर हैगा वा वो साडी स्किन नूं बहुत ही वधिया तरीके नाल पॉलिश ते क्लीन करता वा, नाल ही जिन्नी भी ड्राई स्किन ते डेड स्किन होई हुंदी आ उहनूं रिमूव करन च हैल्प करता आ। सो इहदी जिहड़ी चेरी लाइक फ्रैगनेंस हैगी आ तुहानूं बहुत ज़्यादा रिफ्रैश फील कराएगी, नाल ही तुहाडी स्किन नूं ब्राइट करन च भी हैल्प करेगी। ते इह जिहड़ा स्क्रब हैगा वा ऑल टाइप स्किन दे लई सूटेबल है। सो इस रेंज दा फाइनल प्रोडक्ट हैगा वा प्लम बॉडी लविन दा फीलिंग सो रोज बॉडी योगर्ट, जो मेरा फेवरेट प्रोडक्ट है। अगर थोड़ी स्किन डिहाइड्रेटिंग हैगी है तो यह जिहड़ा प्रोडक्ट है थोड़े लिए बेस्ट रहेगा। यह इंस्टेंट कूलिंग इफेक्ट के नाल नाल साडी स्किन नूं बहुत वधिया तरीके नाल मॉइस्चराइज करता है तो ड्राइनेस नूं बिल्कुल खत्म कर दिंदा है। यह लाइटवेट जैल क्रीम होने करके साडी स्किन दे विच बहुत वधिया तरीके नाल एब्जॉर्ब हो जाती है। इसकी रोज़ लाइक फ्रैगनेंस इस प्रोडक्ट नूं चार चन्न लगाती है। सो ए सी प्लम बॉडी लविंग दी पीआर किट। वैसे तो इस किट के सारे प्रोडक्ट बहुत वधिया वा, पर मैनू दो प्रोडक्ट बहुत वधिया लगे, एक तो बॉडी योगर्ट ते एक बॉडी मिस्ट। प्लम बॉडी लविंग दे सारे प्रोडक्ट 100% वीगन हुंदे आ, क्रुएलिटी फ्री हुंदे आ ते जजमेंट फ्री हुंदे आ। अगर तुसी कोई प्रोडक्ट बाय करदे हो तो थोड़ा 1% जिहड़ा हैगा वो डोनेट किया जाता वा प्लैनेट नूं। ये अपने प्रोडक्ट रीसाइकल भी करदे आ ते ये अपना कोई भी प्रोडक्ट कदे भी किसी एनीमल दे उपर टेस्ट नहीं करदे। अगर तुसी ये प्रोडक्ट बाय करना चाहते हो तो डिस्क्रिप्शन लिंक दिता है जिसनों तुसी क्लिक करके प्रोडक्ट बाय कर सकते हो। नाल ही अगर तुसी साडा कोड यूज करते हो मनचैन 15 तो थानू 15% डिस्काउंट मिलेगा प्लम बॉडी लविंग दे हर एक प्रोडक्ट दे। थैंक यू। जिहड़ा रीसेंटली आपां घरे एक फंक्शन कराया सी ना उहदे विच एक सब तो पहला मैं जदों बाहर खड़ा सी ना एक कोई मतलब अनजाण जिहा कोई शख्स ही एक अनजाण बंदा सीगा उह एंटर कीते, ठीक है मैं बुलाया उन्हां नूं है ना। ते उस तो बाद मतलब मैनूं आइडिया नहीं कोई मैनूं सीगा शायद कोई गली च होऊगा। तो उस तो बाद आपां सारे जणे ना फंक्शन फिनिश होने तों बाद इदां बैठे ही कि मम्मा कहिंदे तुहाडा कोई वाकव ही, मैं कहिंदा नहीं मम्मा साडा तां कोई वाकव नहीं। ते मैं पापा नूं पुछिया पापा कहिंदे साडा वी कोई वाकव नहीं। ते जिन्ने वी लाया उन्हां नूं तां मैं बिल्कुल चंगी तरह जाणदी क्योंकि सानूं इत्थे 30-35 साल हो गया रहिंदे आ। मैं उहनूं वेख्या वैसे पर मैनूं मैं सोचिया शायद किसे नाल आया होऊगा पर उह किसे नाल वी नहीं सी, उह कल्ला सी। नैक्सट डे ਆਪਾਂ ਜਦੋਂ ਮੰਮਾ ਨੇ ਸਾਡੇ ਆਂਟੀ ਸੀਗੇ ਉਹਨਾਂ ਨੂੰ ਦੱਸਿਆ ਕਿ ਇੱਦਾਂ ਇੱਦਾਂ ਦਾ ਕੋਈ ਬੰਦਾ ਸੀ ਤੇ ਆਂਟੀ ਨੇ ਫਿਰ ਦੱਸਿਆ ਜਾਣਿਆ ਬੰਦਾ ਸੀਗਾ। ਸੋ ਅੱਗੇ ਤੁਸੀਂ ਅਗਰ ਕੋਈ ਵੀ ਫੰਕਸ਼ਨ ਕਰਦੇ ਹੋ ਨਾ ਸੋ ਇਸ ਗੱਲ ਦਾ ਪ੍ਰੋਪਰ ਧਿਆਨ ਰੱਖਿਆ ਕਰੋ ਕਿ ਅਗਰ ਕੋਈ ਆ ਰਿਹਾ ਸਾਡੇ ਕੋਲ ਨੈਕਸਟ ਡੇ ਆਪਾਂ ਜਦੋਂ ਦੱਸਿਆ ਕਿ ਉਹ ਇੱਦਾਂ ਦਾ ਤਾਂ ਆਂਟੀ ਕਹਿੰਦੇ ਕਿ ਹੋ ਸਕਦਾ ਕਿ ਉਹ ਇੱਕ ਜਿਹੜਾ ਚੋਰ ਹੈਗਾ ਉਹ ਹੋਵੇ, ਬਾਕੀ ਪਤਾ ਨਹੀਂ। ਫਿਲਹਾਲ ਕੋਈ ਇੱਦਾਂ ਦੀ ਚੋਰੀ ਵਗੈਰਾ ਹੋਈ ਨਹੀਂ ਸੋ ਆਪਾਂ ਕਹਿ ਨਹੀਂ ਸਕਦੇ ਕਿ ਉਹ ਇੱਦਾਂ ਸੀਗਾ ਕੋਈ ਚੋਰ ਸੀਗਾ ਜਾਂ ਉਹ ਨਾ ਉੱਪਰ ਸੈਪਰੇਟ ਕੁਰਸੀ ਡਾ ਕੇ ਬੈਠੇ ਹੋਏ ਸੀ। ਮੈਨੂੰ ਤਾਂ ਪਤਾ ਨਹੀਂ ਕਿਉਂਕਿ ਮੈਂ ਤਾਂ ਫਸਟ ਟਾਈਮ ਸਾਰੇ ਰਿਲੇਟਿਵ ਨੂੰ ਮਿਲੀ। ਚਲੋ ਕਈਆਂ ਨੂੰ ਤਾਂ ਮੈਂ ਜਾਣਦੀ ਚੰਗੀ ਤਰ੍ਹਾਂ ਪਛਾਣਦੀ ਨਾ, ਕਈ ਰਿਲੇਟਿਵਸ ਨੂੰ ਮੈਂ ਪਹਿਲੀ ਵਾਰ ਮਿਲੀ ਹੈ ਨਾ ਅਤੇ ਮੈਨੂੰ ਲੱਗਾ ਸ਼ਾਇਦ ਕੋਈ ਰਿਲੇਟਿਵ ਹੋਊਗਾ, ਮੇਰੇ ਤਾਂ ਕੋਈ ਮਾਇੰਡ 'ਚ ਨਹੀਂ ਸੀਗਾ। ਪਰ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਇੱਦਾਂ ਇੱਦਾਂ ਤਾਂ ਮੈਂ ਤਾਂ ਬਹੁਤ ਜ਼ਿਆਦਾ ਡਰ ਗਈ ਸੀਗੀ ਕਿ ਜਦੋਂ ਵੀ ਕੋਈ ਫੰਕਸ਼ਨ ਕਰੋ ਖਾਸ ਕਰਕੇ ਘਰ ਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਿਓ। ਕਿ ਇਸ ਲਈ ਤੁਹਾਡੇ ਨਾਲ ਸ਼ੇਅਰ ਕੀਤਾ ਤਾਂ ਜੋ ਤੁਹਾਨੂੰ ਸਭ ਤੱਕ ਇਹ ਮੈਸੇਜ ਚੱਲ ਜਾਵੇ ਕਿ ਤੁਸੀਂ ਜ਼ਰੂਰ ਧਿਆਨ ਰੱਖਿਓ। ਅਤੇ ਬਾਕੀ ਇੱਕ ਵਾਰੀ ਫਿਰ ਤੋਂ ਆਪਾਂ ਇਹ ਨਹੀਂ ਕਹਿ ਰਹੇ ਕਿ ਉਹੀ ਅੰਕਲ ਜਿਹੜੇ ਆਏ ਸੀਗੇ ਉਹੀ ਚੋਰ ਹੀ, ਐਵੇਂ ਕਮੈਂਟ ਸੈਕਸ਼ਨ 'ਚੋਂ ਸ਼ੁਰੂ ਨਾ ਹੋ ਜਾਓ ਕਿ ਤੁਸੀਂ ਕਿਸੇ ਨੂੰ ਇੱਦਾਂ ਕਿੱਦਾਂ ਕਹਿ ਸਕਦੇ। ਸਾਡਾ ਫਰਜ਼ ਬਣਦਾ ਵਾ ਕਿਉਂਕਿ ਸਾਡੀ ਫੈਮਿਲੀ 'ਚ ਉਹ ਨਹੀਂ ਸੀ, ਨਾ ਸਾਡੇ ਰਿਲੇਟਿਵਸ 'ਚ, ਨਾ ਸਾਡੇ ਨੇਬਰਸ 'ਚ, ਕਿਸੇ ਨਾ ਕਿਸੇ ਨੂੰ। ਹਾਂ ਉਹ ਕਿਸੇ 'ਚ ਨਹੀਂ, ਇਸ ਲਈ ਅਸੀਂ ਸ਼ੱਕ ਤੌਰ 'ਤੇ ਆਪਣੇ ਆਪ ਕੀ ਪਤਾ ਬੰਦਾ ਤੁਰਦਾ ਫਿਰਦਾ ਹੀ ਆਇਆ ਹੋਊਗਾ ਕਹਿੰਦਾ ਹੁਣ ਲੰਗਰ ਖਾ ਜਾਣਾ ਮੈਂ, ਇਹ ਵੀ ਤਾਂ ਹੋ ਸਕਦਾ ਨਾ ਪਾਪਾ। ਇੰਨੀ ਟੌਰ ਕੱਢ ਕੇ ਨਹੀਂ ਆਉਂਦਾ, ਇੰਨੀ ਟੌਰ ਕੱਢ ਕੇ ਨਹੀਂ ਆਉਂਦਾ। ਸਵਾਗਤ ਟਾਈਮ ਜਦੋਂ ਅਸੀਂ ਖੜੇ ਸੀ ਨਾ ਸਾਰਿਆਂ ਨੂੰ ਕਹਿ ਰਹੇ ਸੀਗੇ ਕਿਉਂਕਿ ਪਾਠ ਚੱਲ ਰਿਹਾ ਸੀਗਾ ਕੀਰਤਨ, ਤੇ ਅਸੀਂ ਕਹਿ ਰਹੇ ਸੀ ਚਲੋ ਪਹਿਲਾਂ ਚਾਹ ਆਲਮੋਸਟ ਖਤਮ ਸਮਾਪਤੀ ਹੋਣ ਵਾਲੀ ਸੀ ਚਾਹ ਦੀ, ਅਸੀਂ ਸਾਰਿਆਂ ਨੂੰ ਕਹਿ ਰਹੇ ਸੀ ਤੁਸੀਂ ਚਾਹ ਪਕੌੜੇ ਛਕ ਲਓ, ਤੇ ਅਸੀਂ ਸਭ ਨੂੰ ਉੱਪਰ ਭੇਜ ਰਹੇ ਸੀ, ਉਹਨਾਂ ਨੇ ਕਿਸੇ ਨਾਲ ਅੱਖ ਵੀ ਨਹੀਂ ਮਿਲਾਈ ਔਰ ਇੱਦਾਂ ਹੀ ਚਲੇ ਗਏ ਸੀ ਉੱਪਰ। ਮੰਮਾ ਕਹਿੰਦੇ ਮੈਨੂੰ ਉਦੋਂ ਥੋੜ੍ਹਾ ਅਜੀਬ ਜਿਹਾ ਲੱਗਾ, ਫਿਰ ਮੈਂ ਸੋਚਿਆ ਸ਼ਾਇਦ ਕਿਸੇ ਦੇ ਨਾਲ ਆਏ ਹੋਣਗੇ। ਫਿਰ ਜਦੋਂ ਅਸੀਂ ਬੈਠ ਕੇ ਗੱਲਾਂ ਕੀਤੀਆਂ ਅਸੀਂ ਯਾਦ ਕਰਨ ਲੱਗ ਗਏ ਆਹ ਆਇਆ ਰਿਲੇਟਿਵ ਜਾਂ ਨਹੀਂ ਆਇਆ ਆਹ ਆਇਆ, ਮੰਮਾ ਕਹਿੰਦੇ ਹੋਰ ਸੀ ਕੋਈ ਉਹ ਕੌਣ ਸੀ। ਫਿਰ ਉਹ ਇੱਦਾਂ ਹੀ ਸਾਨੂੰ ਇੱਦਾਂ ਹੀ ਹੌਲੀ ਹੌਲੀ ਜਦੋਂ ਗੱਲਾਂ ਨਿਕਲੀਆਂ ਤਾਂ ਫਿਰ ਇੱਦਾਂ ਮਤਲਬ ਪਤਾ ਲੱਗਾ। ਮੰਮਾ ਕਹਿੰਦੇ ਜਿੱਦਾਂ ਜਿੱਦਾਂ ਸਬਜ਼ੀ ਪੁਰਾਣੀ ਹੁੰਦੀ ਆ ਜਿੱਦਾਂ ਇੱਕ ਦਿਨ ਪਹਿਲਾਂ ਬਾਅਦ 'ਚ ਆਉਂਦੀ ਆ ਮਿਰਚ ਤੇਜ਼ ਹੋ ਜਾਂਦੀ ਆ ਉਹ 'ਚ, ਇਹ ਬਣ ਕੀ ਚੱਕਰ ਆ। ਚਲੋ ਫਿਲਹਾਲ ਬਣ ਰਹੀ ਆ ਰੋਟੀ ਅਤੇ ਮੰਮਾ ਹੁਣ ਖਾ ਰਹੇ ਨੇ ਛੋਲੇ, ਕਾਲੇ ਛੋਲੇ। ਇਹ ਖਾਏਗਾ ਲੈਜੈਂਡਰੀ ਕੜਾਹੀ ਦਾ, ਇਹ 'ਚ ਕੀ ਸੀ ਕੀ ਬੋਲਦੇ ਉਹਨੂੰ, ਲੰਮੀਆਂ ਤੋਰੀਆਂ। ਲੰਮੀਆਂ ਤੋਰੀਆਂ ਅਤੇ ਮੈਂ ਖਾਊਂਗਾ ਆਮਲੇਟ ਬ੍ਰੈਡ। ਇਹਨਾਂ ਨੇ ਆਪ ਸਾਰਿਆਂ ਨੇ ਰੋਟੀ ਖਾ ਲਈ ਹੈ ਅਤੇ ਹੁਣ ਮੇਰੀ ਰਹਿੰਦੀ ਹੈ ਅਤੇ ਬਹਿ ਕੇ ਗੱਪਾਂ ਹੀ ਮਰੀ ਜਾਂਦੇ। ਜਿਹੜਾ ਆਪਾਂ ਦਿੱਲੀ ਦਾ ਪ੍ਰੋਗਰਾਮ ਬਣਾਇਆ ਵਾ ਜਾਣ ਦਾ ਉਹ ਆਪਾਂ ਇਸ ਮੰਥ ਵਿੱਚ ਪੂਰਾ ਕਰਨਾ ਕਿਉਂਕਿ ਦਿੱਲੀ ਤੋਂ ਅੱਗੇ ਵੀ ਆਪਾਂ ਥੋੜ੍ਹੀ ਜਿਹੀ ਕਿਤੇ ਜਗ੍ਹਾ ਜਾਣਾ। ਇਹਨੂੰ ਕੀ ਹੋ ਗਿਆ ਹੁਣ ਇੱਕਦਮ, 5 ਵਾਰੀ ਘਰੋਂ ਨਿਕਲੇ ਦਿੱਲੀ ਜਾਣ ਨੂੰ, 5 ਵਾਰੀ ਵਾਪਸ ਆ ਕੇ ਕਹਿੰਦੇ ਇਸ ਵਾਰ ਪੂਰਾ ਕਰਨਾ। ਮੈਂ ਚਲੋ ਪੈ ਪਾ ਦੇ, ਮੈਂ ਪਤਾ ਨਹੀਂ ਕੀ ਹੋ ਗਿਆ ਇਸ ਵਾਰੀ, ਬਟ ਆਪਾਂ ਸੋਚਿਆ ਕਿ ਆਪਾਂ ਨਾ ਗੱਡੀ 'ਤੇ ਨਹੀਂ ਜਾਣਾ ਕਿਉਂਕਿ ਜਦੋਂ ਗੱਡੀ 'ਤੇ ਜਾਈਦਾ ਆਪਾਂ ਪਹਿਲਾਂ ਚੰਡੀਗੜ੍ਹ ਰੁਕੀਦਾ ਵਾ ਅਤੇ ਉਸ ਤੋਂ ਬਾਅਦ ਸਾਡਾ ਇੱਕ ਦਿਨ ਖਰਾਬ ਹੁੰਦਾ। ਇਸ ਵਾਰੀ ਆਪਾਂ ਜਾਵਾਂਗੇ
ਟ੍ਰੇਨ ਤੇ ਜਾਣਾ, ਬਟ ਟ੍ਰੇਨ ਤੇ ਜਾਣ ਦੇ ਨੁਕਸਾਨ ਇਹ ਹੈ ਕਿ ਇੱਥੋਂ ਤੇ ਦਿੱਲੀ ਤੱਕ ਠੀਕ ਆ, ਬਸ ਉਸ ਤੋਂ ਅੱਗੇ ਜਿੱਥੇ ਜਾਣਾ ਨਾ ਉਹ ਤੁਹਾਨੂੰ ਜਦ ਕੈਬ ਕਰਨੀ ਪੈਣੀ ਹੈ। ਤੇ ਜੇ ਕੈਬ ਕਰਨੀ ਪੈ ਗਈ, ਕੱਲ ਰਾਤ ਆਪਾਂ ਨਾ ਸਾਰੇ ਜਣੇ ਇਹੀ ਹਿਸਾਬ ਕਿਤਾਬ ਲਾਉਂਦੇ ਰਹੇ ਕਿ ਵੀ ਕਿੰਨਾ ਖਰਚਾ, ਕੀ ਬਜਟ ਬਣਦਾ ਉੱਥੇ ਤੱਕ ਜਾਣ ਦਾ, ਕੀ ਹਿਸਾਬ ਕਿਤਾਬ ਬਣਦਾ। ਬਟ ਇੱਕ ਹੈ ਨਾ ਗੱਲ, ਜਿੱਦਾਂ ਨਾ ਅੱਗੇ ਆਪਾਂ ਦਿੱਲੀ ਜਾਣ ਦਾ ਪਲਾਨ ਬਣਾਉਂਦੇ ਹੁੰਦੇ ਤਾਂ ਸਾਨੂੰ ਚੰਡੀਗੜ੍ਹ ਰੁਕਣਾ ਪੈਂਦਾ, ਉੱਥੋਂ ਅੱਗੇ 4-5 ਘੰਟੇ ਦਾ ਸਫ਼ਰ ਕਰਨਾ ਹੈ ਨਾ, ਤੇ ਅਸੀਂ ਕਿਹਾ ਚੱਲ ਦਿੱਲੀ ਚੰਡੀਗੜ੍ਹ ਰੁਕ ਜਾਂਦੇ। ਸੋ ਹਰ ਵਾਰ ਅਸੀਂ ਚੰਡੀਗੜ੍ਹ ਤੋਂ ਵਾਪਸੀ ਮਾਰ ਲੈਂਦੇ, ਇਸ ਲਈ ਮੈਂ ਕਿਹਾ ਕਿ ਚੰਡੀਗੜ੍ਹ ਨਹੀਂ ਜਾਣਾ, ਨਾਲੇ ਗੱਡੀ ਦਾ ਸਫ਼ਰ ਕਰਕੇ ਮੈਂ ਵੀ ਥੱਕ ਜਾਂਦੀ, ਲਾਡੀ ਵੀ ਥੱਕ ਜਾਂਦੇ ਹੈ ਨਾ, ਤੇ ਸਾਰੀ ਐਨਰਜੀ ਨਾ ਇੱਥੇ ਨਿਕਲ ਜਾਂਦੀ ਹੈ, ਟਰੈਵਲ ਗੱਡੀ 'ਚ ਨਿਕਲ ਜਾਂਦੀ ਪਹੁੰਚਦੇ। ਲਾਡੀ ਜਦੋਂ ਗੱਡੀ ਚਲਾਉਂਦੇ ਹੋ ਭਾਵੇਂ ਜਿੰਨੀ ਮਰਜ਼ੀ ਹਨੇਰੇ 'ਚ ਚਲਾਉਂਦੇ ਹੋ, ਮੈਂ ਬੇਫਿਕਰੀ ਮਤਲਬ ਮੇਰੀ ਅੱਖ ਵੀ ਲੱਗ ਜਾਵੇ ਮੈਨੂੰ, ਜਦੋਂ ਕੋਈ ਦੂਸਰਾ ਗੱਡੀ ਚਲਾਉਂਦਾ ਨਾ ਮੇਰੀਆਂ ਅੱਖਾਂ ਐਂ ਹੁੰਦੀਆਂ ਬਸ ਰੋਡਾਂ 'ਚ। ਮੈਂ ਕਿਸੇ ਨੂੰ ਕਿੰਨਾ ਵੀ ਜ਼ਿਆਦਾ ਵੀ ਐਕਸਪੀਰੀਅੰਸ ਹੁੰਦਾ, ਪਰ ਜਦੋਂ ਆਪਾਂ ਦੂਸਰੇ ਦੀ ਗੱਡੀ 'ਚ ਬਹਿੰਦੇ ਹਾਂ ਉਹ ਥੋੜ੍ਹਾ ਰਿਸਕੀ ਕੰਮ ਹੋ ਜਾਂਦਾ। ਈਵਨ ਪਾਪਾ ਵੀ ਡਰਾਈਵ ਬਹੁਤ ਵਧੀਆ ਕਰਦੇ, ਪਰ ਮੈਨੂੰ ਕਈ ਵੇਲੇ ਪਾਪਾ ਦੀ ਡਰਾਈਵਿੰਗ ਤੋਂ ਵੀ ਡਰ ਲੱਗਦਾ ਸੀ ਇੱਕ ਦੋ ਵਾਰ। ਸੱਚੀ ਗੱਲ ਆ, ਪਾਪਾ 90 ਤੋਂ ਤੇਜ਼ ਗੱਡੀ, ਪਰ ਨਹੀਂ ਪਾਪਾ ਨਾ ਕੱਟ ਬਹੁਤ ਮਾਰਦੇ ਇੱਦਾਂ, ਤੇ ਮੰਮਾ ਨਾ ਮੈਨੂੰ ਕੂੜੀਆਂ ਮਾਰਦੇ ਰਹਿੰਦੇ, ਤੂੰ ਕਹਿ ਵੀ ਰਹਿਣ ਦੋ ਪਾਪਾ ਇੱਦਾਂ ਨਾ ਚਲਾ, ਅਸੀਂ ਇੱਕ ਦੂਜੇ 'ਚ ਵੱਜਦੀਆਂ ਰਹਿੰਦੀਆਂ ਐਂ ਕਰ ਕਰਕੇ ਜਦੋਂ ਪਾਪਾ ਗੱਡੀ ਚਲਾਉਂਦੇ ਹੁੰਦੇ। ਜਦੋਂ ਸਕੂਟਰੀ ਚਲਾਉਂਦੀ ਹਾਂ ਨਾ ਉਦੋਂ ਮੇਰੇ ਵਾਲੇ ਗੋਡੇ ਭੱਜਦੇ, ਇਹਨਾਂ ਨੇ ਪਤਾ ਕੀ ਕਰਨਾ, ਬਿਲਕੁਲ ਕਾਰਨਰ ਤੋਂ ਮੋੜਨਾ ਅੱਗੇ, ਭਾਵੇਂ ਉਹ ਕਿੱਥੋਂ ਮਤਲਬ ਹੀ ਹੋਵੇ ਉਹ ਮੇਰੇ ਕਈ ਵਾਰੀ ਗੋਡੇ 'ਤੇ ਵੱਜਿਆ। ਚਲੋ ਪਾਪਾ ਜੀ, ਮੰਮਾ ਮੈਨੂੰ ਕਹਿੰਦੇ ਤੁਸੀਂ ਆਪਣੇ ਡਿਫੈਂਸ ਵਿੱਚ ਕੀ ਕਹਿਣਾ ਚਾਹੋਗੇ? ਮੇਰੇ ਪਿੱਛੇ ਨਾ ਬੈਠੋ। ਪਾਪਾ ਦੀ ਸਿੱਧੀ ਗੱਲ ਹੁੰਦੀ ਨਾ। ਮੈਂ ਹੁਣ ਜਦੋਂ ਸਕੂਟੀ ਚਲਾਉਂਦੀ ਨਹੀਂ ਨਾ, ਮੈਂ ਤੇਜ਼ ਚਲਾਉਂਦੀ ਸਕੂਟੀ, ਪਰ ਕਦੀ ਮੰਮਾ ਨੂੰ ਪੁੱਛ ਲਓ। ਪਰ ਇਹਦੀ ਇਹ ਸਕੂਟਰੀ ਭਾਵੇਂ ਤੇਜ਼ ਚਲਾਉਂਦੀ, ਪਰ ਇਹਦੀ ਮਤਲਬ ਚਲਾਉਣੀ ਬਹੁਤ ਸੋਹਣੀ। ਹਾਂ, ਮੰਮਾ ਵੀ ਨਾ ਕਿਸੇ ਪਿੱਛੇ ਜ਼ਿਆਦਾਤਰ ਬਹਿੰਦੇ ਨਹੀਂ, ਕਿਉਂਕਿ ਮੰਮਾ ਦਾ ਨਾ ਐਕਸੀਡੈਂਟ ਹੋ ਗਿਆ ਇੱਕ, ਉਸ ਤੋਂ ਬਾਅਦ ਮੰਮਾ ਇੱਦਾਂ ਨਹੀਂ ਬਹਿੰਦੇ ਕਿਸੇ ਪਿੱਛੇ। ਤੇ ਜੇ ਮੈਂ ਇਹਨਾਂ ਪਿੱਛੇ ਵੀ ਬਹਿੰਦੀ ਹਾਂ ਨਾ, ਮਨਦੀਪ ਪਿੱਛੇ ਜਾਂ ਦੀਦੀ ਪਿੱਛੇ ਜਾਂ ਪਾਪਾ ਪਿੱਛੇ, ਇਹ ਪਤਾ ਮੈਨੂੰ ਕਹਿਣਗੇ ਇੱਧਰ ਨੂੰ ਹੋ, ਇੱਧਰ ਨੂੰ ਹੋ। ਇਹਨੇ ਮੈਨੂੰ ਕਦੇ ਨਹੀਂ ਕਿਹਾ ਵੀ ਮੰਮਾ ਇੱਧਰ ਹੋ ਜਾਓ, ਇੱਧਰ ਹੋ ਜਾਓ, ਲਾਰਦੀ ਡਰਦੀ ਹੈ ਨਾ ਵੀ ਮੈਂ ਕਿਹਾ ਤੇ ਮੇਰੀ ਸੱਸ ਨਹੀਂ। ਰਾਤ ਚੰਡੀਗੜ੍ਹ ਜਾਣ ਤੋਂ ਪਹਿਲਾਂ ਲਈ ਸੀ ਤੇ ਉਹ ਦੇ ਫ੍ਰਿਜ 'ਚ ਪਈ ਪਈ ਵਿਚਾਰੀ, ਬਰਫ਼ ਹੀ ਜੰਮ ਗਈ ਨਾਲ ਇਹਦੇ, ਤੇ ਵਿੱਚ ਵੀ ਜੇ ਬਰਫ਼ ਨਿਕਲੇ। ਮੈਨੂੰ ਲੱਗਦਾ ਵਿੱਚੋਂ ਗਲੀ ਆ, ਦੇਖੀ ਆ ਦੇ ਉਹ ਹੋਏ ਹੈ ਵਿੱਚ ਅੱਗ ਬਣ ਗਈ ਨਾ, ਹੁਣ ਖਾਧੀ ਨਹੀਂ ਜਾਣੀ, ਖਾ ਲਾਂਗੇ ਉਹ ਤੇ ਕੋਈ ਚੱਕਰ ਨਹੀਂ ਹੈ। ਬਣੇ ਆ ਘੈਂਟ ਜੇ ਪਰ ਬੜੇ ਕ੍ਰਿਸਪੀ ਜੇ ਪਕੌੜੇ ਬਣਾਉਂਦੀ ਹੈ। ਆਹਾ ਚਾਹ ਲਾ ਜਦੋਂ ਸਟਾਰ ਸਮਾਈਲੀ, ਇੱਧਰ ਪਕੌੜੇ, ਬਾਕੀ ਸਮਾਨ ਕਿੱਥੇ ਗਿਆ ਹੋਵੇ? ਲੈ ਵੀ ਗਈ ਜਿੰਦਗੀ, ਜਿੰਨਾ ਮਰਜ਼ੀ ਤੁਹਾਨੂੰ ਰਹਿਣ ਦੇ ਜਾਏ ਬਟ ਚਿਹਰੇ ਤੋਂ ਸਮਾਈਲ ਨਹੀਂ ਜਾਣੀ ਚਾਹੀਦੀ। ਖਾਣ ਪੀਣ ਸਾਰਾ ਆਲਮੋਸਟ ਹੋ ਗਿਆ ਖਤਮ, ਹੁਣ ਟਾਈਮ ਆ ਗਿਆ ਗੱਲਾਂ ਬਾਤਾਂ ਦਾ, ਤੁਹਾਨੂੰ ਸਾਰਿਆਂ ਨੂੰ ਮਿਲਦੇ ਹਾਂ ਅਗਲੇ ਵਲੌਗ 'ਚ। ਬਾਏ ਬਾਏ।